ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਵਿਧਾਇਕ ਨਰੇਸ਼ ਕਟਾਰੀਆ ਸਰਕਾਰ ਬਣਦੇ ਹੀ ਐਕਸ਼ਨ ਵਿਚ ਨਜ਼ਰ ਆ ਰਹੇ ਨੇ। ਅੱਜ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਸਿਵਲ ਹਸਪਤਾਲ ਜ਼ੀਰਾ ਦੇ ਪ੍ਰਬੰਧਾਂ ਦੀ ਜਾਂਚ ਕੀਤੀ ਗਈ। ਹਸਪਤਾਲ ਵਿਚ ਦਾਖਲ ਮਰੀਜ਼ਾਂ ਨੇ ਵਿਧਾਇਕ ਜ਼ੀਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਫਾਈ ਪੱਖੋਂ ਹਸਪਤਾਲ ਦੀ ਹਾਲਤ ਬਹੁਤ ਹੀ ਮਾੜੀ ਹੈ। ਬੈੱਡਾਂ ਤੇ ਵਿਛੀਆਂ ਚਾਦਰਾਂ ਵੀ ਸਾਫ਼ ਨਹੀਂ ਅਤੇ ਕੰਧਾਂ ਉੱਪਰ ਵੀ ਜਾਲੇ ਲੱਗੇ ਹੋਏ ਹਨ। ਮਰੀਜ਼ਾਂ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਮੋਟੇ ਕਮਿਸ਼ਨ ਵਾਲੀਆਂ ਦਵਾਈਆਂ ਬਾਹਰਲੇ ਮੈਡੀਕਲਾਂ ਤੋਂ ਲਿਖ ਕੇ ਮੰਗਵਾਈਆਂ ਜਾਂਦੀਆਂ ਹਨ। ਹਸਪਤਾਲ ਵਿਚ ਨਾ ਮਾਤਰ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਹਨ। ਜੇਕਰ ਕੋਈ ਐਮਰਜੈਂਸੀ ਆ ਜਾਵੇ ਤਾਂ ਮਰੀਜ਼ਾਂ ਨੂੰ ਫਰੀਦਕੋਟ, ਮੋਗਾ, ਲੁਧਿਆਣਾ ਆਦਿ ਵਿਖੇ ਰੈਫਰ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਵਿਧਾਇਕ ਕਟਾਰੀਆ ਨੇ ਡਾਕਟਰਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਇਹ ਹਸਪਤਾਲ ਗਰੀਬ ਲੋੜਵੰਦ ਲੋਕਾਂ ਵਾਸਤੇ ਬਣਾਏ ਗਏ ਹਨ। ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿਚ ਡਾਕਟਰਾਂ ਨੂੰ ਕਿਹਾ ਕਿ ਜੇਕਰ ਕੋਈ ਡਾਕਟਰ ਕਮਿਸ਼ਨ ਵਾਲੀ ਦਵਾਈ ਲਿਖਦਾ ਫੜਿਆ ਗਿਆ ਤਾਂ ਉਸ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਨੇ ਹਸਪਤਾਲ ਦੇ ਮੁਲਾਜ਼ਮਾਂ ਨੂੰ ਕਿਹਾ ਕਿ ਹਸਪਤਾਲ ਵਿਚ ਜੋ ਕਮੀਆਂ ਪੇਸ਼ੀਆਂ ਆ ਰਹੀਆਂ ਨੇ ਉਨ੍ਹਾਂ ਦੀ ਲਿਸਟ ਬਣਾ ਕੇ ਦਿੱਤੀ ਜਾਵੇ ਤਾਂ ਜੋ ਕਮੀਆਂ ਨੂੰ ਜਲਦ ਪੂਰਾ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਗਰੰਟੀ ਨਸ਼ਾ ਖਤਮ ਕਰਨਾ ਹੈ, ਪਿੰਡ ਪਿੰਡ ਵਿਚ ਹਸਪਤਾਲ ਬਣਾਉਣੇ ਤੇ ਪੜ੍ਹਾਈ ਵਾਸਤੇ ਸਕੂਲ ਤਿਆਰ ਕਰਨੇ ਹਨ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਉਹ ਚਿੱਟਾ ਵੇਚਣ ਵਾਲਿਆਂ ਨੂੰ ਬਿਲਕੁਲ ਵੀ ਨਹੀਂ ਬਖਸ਼ਣਗੇ। ਨਸ਼ੇ ਦੇ ਸੁਦਾਗਰ ਜਲਦ ਚਿੱਟਾ ਵੇਚਣਾ ਬੰਦ ਕਰ ਦੇਣ, ਨਹੀਂ ਤਾਂ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਪਹਿਲਾਂ ਤਾਂ ਇਹ ਆ ਵੀ ਤੁਹਾਨੂੰ ਪਤਾ ਹੀ ਆ, ਤੁਸੀਂ ਦੇਖਿਆ ਹੀ ਆ, ਤੁਸੀਂ ਨਾਲ ਹੀ ਸੀਗੇ, ਮਖੂ ਚੈੱਕ ਕੀਤਾ, ਜੋ ਮਖੂ ਦਾ ਮਾੜਾ ਹਾਲ ਆ, ਉੱਥੇ ਨਾ ਕੋਈ ਮੈਡੀਸਨ ਆ ਤੇ ਨਾ ਕੋਈ ਸਟਾਫ ਹੀ, ਪੂਰਾ ਕਮੀਆਂ ਹੀ ਕਮੀਆਂ ਨਜ਼ਰ ਆਈਆਂ। ਉਹ ਤਾਂ ਬਣਿਆ ਪਿਆ ਉੱਥੇ ਇੱਕ ਗਊਸ਼ਾਲਾ ਬਣੀ ਪਈ ਆ, ਕੰਧਾਂ ਟੁੱਟੀਆਂ, ਸਾਰਾ ਕੁਝ ਕੁਝ ਵੀ ਪੂਰੀ ਹੈ ਨਹੀਂ। ਹੁਣ ਆਣ ਕੇ ਅਸੀਂ ਜ਼ੀਰੇ ਦਾ ਹਸਪਤਾਲ ਲੱਗੇ ਚੈੱਕ ਕਰਨ, ਮੇਰੇ ਨਾਲ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੀ ਨੇ, ਬਾਕੀ ਵੀ ਜਿੰਨੇ ਵੀ ਅਹੁਦੇਦਾਰ ਸਾਹਿਬਾਨ ਨੇ, ਅਸੀਂ ਜ਼ੀਰਾ ਹਸਪਤਾਲ ਦੇ ਵਿੱਚ ਆਏ ਹਾਂ। ਇਹਨਾਂ ਕੋਲੋਂ ਅਜੇ ਤਾਂ ਅਸੀਂ ਇਹਨਾਂ ਕੋਲੋਂ ਪੁੱਛਿਆ ਵੀ ਸਾਨੂੰ ਦੱਸੋ ਵੀ ਇੱਥੇ ਕਿਹੜੀਆਂ ਕਮੀਆਂ, ਪਰ ਇੱਥੇ ਸਾਨੂੰ ਜਿਹੜਾ ਕੁਝ ਦਿਸਦਾ ਪਿਆ ਹਰ ਇੱਕ ਚੀਜ਼ ਦੀ ਕਮੀ ਆ। ਕੋਈ ਇੱਥੇ ਮੈਡੀਸਨ ਨਹੀਂ ਮਿਲ ਰਹੀ, ਸਾਰੀਆਂ ਮੈਡੀਸਨ ਜੋ ਕੋਈ ਵੀ ਗਰੀਬ, ਵੈਸੇ ਸਰਕਾਰੀ ਹਸਪਤਾਲ ਦੇ ਵਿੱਚ ਤਕਰੀਬਨ ਹੀ ਗਰੀਬ ਆਦਮੀ ਆਉਂਦਾ, ਗਰੀਬ ਆਦਮੀ ਨੂੰ ਇਹ ਆਸ ਹੁੰਦੀ ਆ ਵੀ ਮੈਨੂੰ ਉੱਥੋਂ ਮੈਡੀਸਨ ਮਿਲੂਗੀ, ਪਰ ਮੈਡੀਸਨ ਹੀ ਕੋਈ ਨਹੀਂ ਤੇ ਇੱਥੇ ਆਉਣ ਕੇ ਕੀ ਕਰਨਾ ਕਿਸੇ ਨੇ। ਇਸ ਕਰਕੇ ਹਾਂਜੀ, ਬਿਲਕੁਲ ਵੱਖਰਾ ਕਰਾਂਗੇ ਜੀ, ਵਾਹਿਗੁਰੂ ਦੀ ਉਸ ਕਿਰਪਾ ਚਾਹੀਦੀ ਆ। ਕੇਜਰੀਵਾਲ ਜੀ ਨੇ ਜੋ ਦਿੱਲੀ ਚ ਕਰਕੇ ਵਿਖਾਇਆ, ਇਸੇ ਤਰ੍ਹਾਂ ਭਗਵੰਤ ਮਾਨ ਜੀ ਵੀ ਉਹਨਾਂ ਦੇ ਕਦਮਾਂ ਤੇ ਚੱਲਦੇ ਹੋਏ, ਦੋਨੇ ਪੰਜਾਬ ਚ ਨਹੀਂ ਹਿੰਦੁਸਤਾਨ ਚ ਹਰ ਬੰਦਾ ਕਹਿੰਦਾ ਵੀ ਇੱਕ ਵਧੀਆ ਇਨਸਾਨ ਨੇ ਦੋਵੇਂ, ਜਿਹੜੇ ਕਿ ਸਾਡੇ ਪੰਜਾਬ ਦੀ ਤਬਦੀਲੀ ਲਿਆ ਸਕਦੇ ਆ। ਜੋ ਅੱਜ ਪੰਜਾਬ ਕਿਰਾਏ ਪੈ ਗਿਆ ਵਾ, ਅੱਜ ਕੱਲ੍ਹ ਨੌਜਵਾਨੀ ਖਤਮ ਹੁੰਦੀ ਜਾ ਰਹੀ ਆ, ਉਸ ਨੂੰ ਲੀਹ ਤੇ ਲਿਆਉਣ ਵਾਸਤੇ ਬਹੁਤ ਵੱਡਾ ਉਪਰਾਲਾ ਕਰਨਗੇ, ਸਾਨੂੰ ਆਸ ਹੈ। ਅਸੀਂ ਸਾਰੇ ਜਾਣੇ ਉਹਨਾਂ ਦੀ ਟੀਮ ਦੇ ਮੈਂਬਰ ਹਾਂ, ਉਹਨਾਂ ਦਾ ਸਹਿਯੋਗ ਦੇਵਾਂਗੇ, ਨਾਲ ਅਸੀਂ ਵੀ ਕੰਮ ਕਰਾਂਗੇ, ਤੇ ਸਾਨੂੰ ਕੇਜਰੀਵਾਲ ਜੀ ਤੋਂ, ਭਗਵੰਤ ਮਾਨ ਜੀ ਤੋਂ ਬਹੁਤ ਵੱਡੀ ਆਸ ਹੈ ਕਿ ਉਹ ਸਾਰੇ ਸੰਗਤ ਦੀਆਂ ਜਿੰਨੀਆਂ ਵੀ ਆਸਾਂ ਤੇ ਉਮੀਦਾਂ ਤੇ ਪੂਰਾ ਉਤਰਨਗੇ। ਇੱਥੇ ਜੋ ਵੀ ਸਾਡੇ ਅਸੀਂ ਆਪਦੇ ਜ਼ੀਰੇ ਹਲਕੇ ਦੇ ਹੋਸਪਿਟਲ ਆ, ਇਹਨਾਂ ਵਿੱਚ ਡਾਕਟਰ ਸਾਹਿਬਾਨਾਂ ਤੋਂ ਪੁੱਛ ਕੇ ਜੋ ਵੀ ਕਮੀ ਪੇਸ਼ੀ ਆ ਉਹ ਅਸੀਂ, ਸਟਾਫ ਘੱਟ ਆ ਸਟਾਫ ਪੂਰਾ ਕਰਾਂਗੇ, ਜੇ ਕੋਈ ਮੈਡੀਸਨ ਦੀ ਕਮੀ ਆ ਉਹ ਵੀ ਪੂਰੀ ਕਰਾਵਾਂਗੇ, ਕਿਉਂਕਿ ਗਰੀਬ ਬੰਦੇ ਨੇ ਆਣ ਕੇ ਹੋਸਪਿਟਲ ਸਰਕਾਰੀ 'ਚ ਆਉਣਾ ਵਾ, ਅਤੇ ਜੇ ਉੱਥੋਂ ਮੈਡੀਸਨ ਨਹੀਂ ਮਿਲੀ ਤਾਂ ਫਿਰ ਮਨ ਤਾਂ ਟੁੱਟਦਾ ਹੀ ਆ, ਉਹਨੇ ਲੈਣਾ ਕੀ ਸਰਕਾਰਾਂ ਤੋਂ। ਅਤੇ ਇੱਥੋਂ ਦੇ MLA ਸਾਹਿਬ ਜਦੋਂ ਵੀ ਕਿਤੇ ਗੱਲ ਕਰਦੇ ਆ, ਅਸੀਂ ਵਿਕਾਸ ਦੇ ਆ, ਉਹ ਕਰ ਦਿੱਤਾ ਆਹ ਕਰਤਾ 5 ਸਾਲਾਂ 'ਚ, ਮੈਨੂੰ ਤਾਂ ਪਤਾ ਨਹੀਂ ਕਿਹੜਾ ਕਰਤਾ, ਆਹ ਮਖੂ ਵਾਲਾ ਚੈੱਕ ਕਰਕੇ ਐਂ ਦੱਸ ਦਿਓ, ਕੋਈ ਉੱਥੇ ਇੱਕ ਵੀ ਕੰਮ ਦੱਸ ਦਿਓ।
ਤੇ ਇਹ ਜਦੋਂ ਵੀ ਕਰੂਗਾ ਗੱਲ ਐਡੇ ਐਡੇ ਅਖਬਾਰਾਂ ਇਸ਼ਤਿਹਾਰ ਦਊਗਾ ਜਿੱਥੇ ਸਟੇਜਾਂ ਤੇ ਬੋਲੂਗਾ। ਹਾਂਜੀ, ਅਸੀਂ ਇਹ ਗੱਲ ਉੱਪਰ ਤੱਕ ਪਹੁੰਚਾਈ ਆ, ਇਹ ਉਹਨਾਂ ਦੀ ਰਾਏ ਦੇ ਨਾਲ। ਜੋ ਪਹਿਲਾਂ ਤਾਂ ਅਸੀਂ ਹੋਸਪਿਟਲ ਖੋਲਾਂਗੇ ਇਹ ਨਸ਼ਾ ਛੁਡਾਉਣ ਵਾਲੇ, ਜਦੋਂ ਉਹ ਨਸ਼ਾ ਕੇਂਦਰ ਇੱਥੇ ਨਸ਼ਾ ਛੁਡਾਊ ਕੇਂਦਰ ਇੱਥੇ ਖੋਲ੍ਹ ਕੇ ਇੱਕ ਚੰਗਾ ਉਹਨਾਂ ਦਾ ਇਲਾਜ ਕੀਤਾ ਜਾਊਗਾ, ਜਿਹੜੇ ਗੋਲੀਆਂ 'ਤੇ ਲੱਗੇ ਆ ਜਾਂ ਜਿਹੜੇ ਕੋਈ ਚਿੱਟੇ 'ਤੇ ਲੱਗੇ ਆ, ਕੋਈ ਭੀਮ ਖਾਂਦਾ, ਕੋਈ ਕਿਸ ਤਰ੍ਹਾਂ ਵੀ ਆ, ਉਹਨਾਂ ਦਾ ਵਧੀਆ ਤਰੀਕੇ ਨਾਲ ਇਲਾਜ ਕਰਾਇਆ ਜਾਊਗਾ ਉਹਨਾਂ ਦੀ। ਤਾਂ ਅਸੀਂ ਕੱਲ੍ਹ ਹੀ ਡੀ ਐੱਸ ਪੀ ਸਾਹਿਬ ਨੂੰ ਮੈਂ ਇਹ ਗੱਲ ਕਹਿਤੀ ਆ, ਜਿਹੜਾ ਕੋਈ ਵੇਖ ਲਿਆ, ਮੈਨੂੰ ਪਤਾ ਲੱਗ ਗਿਆ ਵੀ ਫਲਾਣੇ ਕਿਸੇ ਪਿੰਡ ਦੇ ਵਿੱਚ ਵੇਖਦਾ, ਤੂੰ ਆਪਦਾ ਸਮਾਨ ਬੰਨ ਕੇ ਲੈ ਆਵੇ। ਉਹ ਐੱਸ ਐੱਚ ਓ ਸਮਾਨ ਬੰਨ ਕੇ ਲਿਆਵੇ, ਹਰਦਾਸਾ ਪਿੰਡ ਮਸ਼ਹੂਰ ਆ, ਮੈਂ ਹਰਦਾਸੇ ਬਾਰੇ ਸਪੈਸ਼ਲ ਇਹ ਗੱਲ ਕਹੀ ਆ, ਉਹ ਉੱਥੇ ਕੋਠੀ 'ਚ ਚਿੱਟਾ ਵਿਕਦਾ, ਅਤੇ ਜਾਂ ਐੱਸ ਐੱਚ ਓ ਨੂੰ ਕਹਿ ਦੇ ਵੀ ਉਹ ਬੰਦ ਕਰਾ ਦੇ, ਅਤੇ ਨਹੀਂ ਤਾਂ ਫਿਰ ਆਪਦਾ ਬਿਸਤਰਾ ਬੰਨ ਕੇ ਲੈ ਆਵੇ। ਇਹ ਨਹੀਂ ਵੀ ਮੁੜ ਕੇ ਕਿਤੇ ਹੋਰ ਜਾ ਕੇ ਥਾਣੇਦਾਰ ਲੱਗ ਜੂਗਾ, ਥਾਣੇਦਾਰ ਨਹੀਂ ਅਸੀਂ ਲੱਗਣ ਦਿੰਦੇ ਉਹਨਾਂ ਨੂੰ, ਐੱਸ ਐੱਚ ਓ ਨਹੀਂ ਲੱਗੂਗਾ। ਮੈਂ ਕਿਹਾ ਜੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਆ, ਉਹਨਾਂ ਦੀ ਆਸ਼ੀਰਵਾਦ ਦੇ ਨਾਲ ਅਸੀਂ ਥੋੜੇ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਬੰਦ ਕਰਾਵਾਂਗੇ। ਬੰਦ ਹੋ ਮੈਂ ਕਹਿੰਦਾ ਜੀ, ਇੱਕ ਵੀ ਬੰਦਾ ਤੁਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਨੂੰ ਦੱਸਤਾ ਸਾਰਿਆਂ ਨੂੰ, ਜਾਂ ਤਾਂ ਇਹ ਪੈਸੇ ਲੈਣੇ ਬੰਦ ਕਰ ਦਿਓ, ਜਿਹੜੇ ਤੁਸੀਂ ਆ ਟੈਸਟ ਲਿਖਦੇ ਜੇ ਜੋ ਕਮਿਸ਼ਨ ਲੈਣਾ ਬੰਦ ਕਰ ਦਿਓ, ਹੋਰ ਵੀ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਜਿਹੜਾ ਵਾ ਉਹ ਬੰਦ ਕਰ ਦਿਓ, ਅਤੇ ਨਹੀਂ ਤਾਂ ਪੁੱਠੇ ਟੰਗ ਦਿਆਂਗੇ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਮ ਲੋਕਾਂ ਦੀ ਸਰਕਾਰ ਹੈ, ਆਮ ਲੋਕਾਂ ਨੇ ਸਾਨੂੰ ਤਾਂ ਫਤਵਾ ਦਿੱਤਾ, ਐਡਾ ਵੱਡਾ ਫਤਵਾ ਦਿੱਤਾ ਜਿਹਦਾ ਅਸੀਂ ਬਿਆਨ ਨਹੀਂ ਕਰ ਸਕਦੇ, ਅਸੀਂ ਦੇਣ ਨਹੀਂ ਦੇ ਸਕਦੇ ਉਹਨਾਂ ਗਰੀਬਾਂ ਲੋਕਾਂ ਨੇ ਜਿੰਨਾ ਸਾਡੇ 'ਤੇ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ। ਅਸੀਂ ਉਹਨਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਪੂਰਾ ਉਤਰਾਂਗੇ। ਇਹਦੇ ਚੋਂ ਆਪਾਂ ਪਤਾ ਨੀ ਲਾ ਸਕਦੇ, ਨਹੀਂ ਇਹਦੇ ਚ ਆਪਾਂ ਨੂੰ ਪਤਾ ਨੀ ਲੱਗ ਸਕਦਾ ਕਿੰਨੇ ਕੱਟੇ। ਬਾਈ ਜੀ ਇਹਦਾ ਪਤਾ ਕਰਾ ਕੇ ਦਿਓ, ਇਹ ਜਿਹੜੇ ਇਸ ਤਰ੍ਹਾਂ ਦੇ ਘਪਲੇ ਬਾਜੀ ਬੰਦ ਕਰ ਦਿਓ, ਨਹੀਂ ਤਾਂ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹੋ ਜਿਹੇ ਬੰਦੇ। ਬਿਲਕੁਲ ਕਾਰਵਾਈ ਹੋ ਗਈ ਉਹਨਾਂ ਤੇ, ਮੈਂ ਸੱਟੇ ਵਾਲਿਆਂ ਨੂੰ ਵੀ ਅੱਜ ਇਹ ਚੇਤਾਵਨੀ ਦਿੰਦਾ ਵੀ ਜੇਕਰ ਉਹ ਹਫ਼ਤੇ ਇੱਕ ਦਾ ਉਹਨਾਂ ਨੂੰ ਅਲਟੀਮੇਟਮ ਆ ਬੰਦ ਕਰ ਦੇਣ, ਚੰਗੇ ਰਹਿ ਜਾਣਗੇ, ਤਾਂ ਨਹੀਂ ਤਾਂ ਸਾਰੇ ਚੁੱਕ ਕੇ ਅੰਦਰ ਦੇਵਾਂਗੇ। ਨਾ ਕੁਛ ਚਿੱਟੇ ਵਾਲਾ ਲੱਭੂ ਤੇ ਨਾ ਕੁਛ ਸੱਟੇ ਵਾਲਾ ਲੱਭੂ ਕਿਸੇ ਨੂੰ। ਉਹਨਾਂ ਨੂੰ ਡਰ ਨਹੀਂ ਨਾ ਹੁੰਦਾ ਕਿ ਪਰਚਾ ਇਹ ਛੋਟਾ ਜਿਹਾ ਹੁੰਦਾ ਇਹਦੇ 'ਚ, ਤਾਂ ਕਰਕੇ ਫਿਰ ਇੱਕ ਦਿਨ ਲਾਉਂਦੇ ਦੂਜੇ ਦਿਨ ਫੜੇ ਗਏ ਤੀਜੇ ਦਿਨ ਫਿਰ ਨਿਕਲ ਗਏ, ਫਿਰ ਕੋਈ ਚੰਗਾ ਵਧੀਆ ਕਰਾਂਗੇ ਇਹਨਾਂ ਦਾ ਉਪਰਾਲਾ ਜਿਹੜਾ ਕੀ। ਹਾਂਜੀ ਵੀਰੇ ਦਾ ਬਹੁਤ ਵੱਡਾ ਇੱਕ ਬੰਦਾ ਮੈਡੀਕਲ ਨਸ਼ਾ ਵੇਚਦਾ ਔਰ ਉਹਨੇ ਤੁਹਾਡੀ ਫੋਟੋ ਲਾ ਕੇ ਤੁਹਾਨੂੰ ਵਧਾਈਆਂ ਦਿੱਤੀਆਂ ਆਪਦੀ ਦੁਕਾਨ ਤੇ ਵੀ ਆਪਦੀ ਫੀਲਡ ਵਿੱਚ। ਬਾਈ ਜੀ ਮੈਂ ਪਹਿਲੀ ਗੱਲ ਆ ਵੀ ਮੈਂ ਕਿਹਾ ਜੀ ਬਿਲਕੁਲ ਨਹੀਂ ਮੈਂ ਇਹ ਕੰਮ ਬਰਦਾਸ਼ਤ ਕਰਨਾ, ਭਾਵੇਂ ਕੋਈ ਮੇਰਾ ਰਿਸ਼ਤੇਦਾਰ ਹੋਵੇ ਤੇ ਭਾਵੇਂ ਕੋਈ ਹੋਵੇ। ਬਾਈ ਜੀ ਮੈਂ ਇੱਥੇ ਫੰਡ ਦੇਣ ਆਏ ਸੀਗੇ, ਮੈਂ ਫੰਡ ਨਹੀਂ ਲਿਆ ਮੈਡੀਕਲ, ਮੈਨੂੰ ਪਤਾ ਇਹਨਾਂ ਨੇ ਲੋਕਾਂ ਨੇ ਨਸ਼ਾ ਵੇਚਣਾ, ਮੈਂ ਬਿਲਕੁਲ
ਕੋਈ ਗੱਲ ਨਹੀਂ। ਮੈਂ ਕਿਹਾ ਕੋਈ ਹੋਵੇ ਭਾਵੇਂ ਕੋਈ ਫਲੈਕਸ ਚੜ ਕੇ 10 ਫਲੈਕਸ ਲਾ ਦੇਵੇ, ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਇਹ ਬਿਲਕੁਲ ਚਿੱਟਾ ਬੰਦ ਕਰਾਂਗੇ, ਗੋਲੀਆਂ ਬੰਦ ਕਰਾਂਗੇ, ਦੜਾ ਸਿੱਟਾ ਬੰਦ ਕਰਾਂਗੇ, ਬੰਦ ਹੋਊਗਾ। ਠੀਕ ਹੈ, ਹਾਂਜੀ। ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ।